अमर सिंह जी की गलबात है जिहड़े रात नूं इत्थे पहुंचे थाने च ए वीर जी असीं पिंड गलवड्डी तों गुरद्वारा बेगमपुरा साहिब दे हरजोग ग्रंथी है भाई अमर सिंह अमरवीर अमरजीत सिंह जी ਉਹ ਕੁਛ ਮਹੀਨੇ ਪਹਿਲਾਂ 6-7 ਮਹੀਨੇ ਪਹਿਲਾਂ ਦਾਰੂ ਪੀਂਦੇ ਫੜੇ ਗਏ ਸੀ ਅਤੇ ਕੁਛ ਕਮੇਟੀਆਂ ਉਹਦੀਆਂ ਮਦਦ ਕਰ ਰਹੀਆਂ ਸੀ ਜਿਸ ਕਰਕੇ ਉਸ ਨੂੰ ਗੁਰਦੁਆਰਾ ਚੋਂ ਨਿਕਾਲ ਨਹੀਂ ਰਹੀਆਂ ਸੀ ਅਤੇ ਅਕਾਲ ਤਖਤ ਸਾਹਿਬ ਤੋਂ ਵੀ ਅਸੀਂ ਅਪੀਲ ਕੀਤੀ ਉੱਤੋਂ ਇਹਨੂੰ ਵਿਦਾਇਗੀ ਦਾ ਚਿੱਠੀ ਆ ਗਈ ਸੀ ਵੀ ਇਹਦੇ ਸਵਾਂ ਬੰਦ ਕੀਤੇ ਜਾਣ ਪਰ ਜਿਹੜੀ ਇਹਦੇ ਨਾਲ ਮਿਲੀ ਕਮੇਟੀ ਸੀ ਉਹ ਇਸ ਨੂੰ ਜਾਣ ਨਹੀਂ ਦੇ ਰਹੀ ਸੀ ਦੋ ਪਾਰਟੀਆਂ ਬਣ ਗਈਆਂ ਸੀ ਉਸ ਕਰਕੇ ਅੱਜ ਚਲੋ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਸਾਨੂੰ ਪਤਾ ਲੱਗਾ ਜੋ ਸਪੀਕਰ ਲਾਉਂਦਾ ਗੁਰਦੁਆਰਾ 'ਚ ਭਾਈ ਸਾਹਿਬ ਭਾਈ ਨਸੀਬ ਸਿੰਘ ਜੀ ਉਹਦੇ ਘਰ ਇਹ ਦਾਰੂ ਪੀ ਰਹੇ ਸੀ ਦੋਏ ਨਸੀਬ ਸਿੰਘ ਇਹ ਦੋਏ ਜਾਣੇ ਦਾਰੂ ਨਾਲ ਰੰਗੇ ਹੱਥੀ ਮੀਟ ਅਤੇ ਸ਼ਰਾਬ ਨਾਲ ਰੰਗੇ ਪਏ ਹੈ ਉੱਪਰ ਜਾ ਕੇ ਹੀ ਸਾਡੇ ਬੰਦੇ ਨੇ ਫੜ ਲਿਆ ਜੀ ਰੰਗੇ ਹੱਥੀ ਫੜਿਆ ਅਤੇ ਦੋਏ ਬੰਨੇ ਨੇ ਸ਼ਰਾਬ ਪੀਤੀ ਹੈ ਹੁਣ ਅੱਗੇ ਫਿਰ ਫੜ ਕੇ ਕਿੱਥੇ ਲੈ ਕੇ ਆਏ ਜੀ ਫੜ ਕੇ ਅਸੀਂ ਉੱਥੋਂ ਇਹਨੂੰ ਗੱਡੀ 'ਚ ਪਾ ਕੇ ਸਿਟੀ ਲੱਭ ਰਹੇ ਟੂਜ ਲੈਂਦਾ ਜੀ ਹਾਂਜੀ ਥਾਂ ਟੂਜ ਟੂਏ ਇਹਨਾਂ ਦੇ ਹੀ ਹਾਂ ਥਾਂ ਟੂਜ ਲਿਆਂਦਾ ਇੱਥੇ ਲਿਆ ਕੇ ਇਹਨਾਂ ਨੂੰ ਸਪੁੱਤ ਕਰਤਾ ਜੀ ਪੁੱਛ ਗਿੱਛ ਹੋ ਰਹੀ ਹੈ ਤੁਹਾਡੀ ਟੀਮ ਜੀ ਕਿਹਨਾਂ ਨੇ ਫੜਿਆ ਰੱਖੇ ਗੁਰਦੁਆਰਾ ਸਾਹਿਬ ਪ੍ਰਧਾਨ ਗੁਰਿੰਦਰ ਸਿੰਘ ਲਾਡੀ ਜੋ ਗੁਰਦੁਆਰੇ ਪ੍ਰਧਾਨ ਨੇ ਅਤੇ ਸਤਨਾਮ ਸਿੰਘ ਬਟਰ ਜਸਪਾ ਜਸਦੀਪ ਸਿੰਘ ਜੀ ਸਾਰਿਆਂ ਨੇ ਰਲ ਮਿਲ ਕੇ 5-7 ਬੰਦੇ ਜਿਹੜੇ ਸੀ ਮੌਕੇ 'ਤੇ ਜਾ ਕੇ ਇਹਨੂੰ ਫੜਿਆ ਕੀ ਹਾਲਾਤ ਸੀ ਉਸ ਟਾਈਮ ਜਿਹੜੇ ਇਹ ਦਾਰੂ ਪੀ ਰਹੇ ਸੀ ਦਾਰੂ ਇਹਨਾਂ ਦੇ ਅੱਗੇ ਪਈ ਸੀ ਮੇਜ਼ 'ਤੇ ਮੀਟ ਸ਼ਰਾਬ ਦੋਏ ਸੀ ਇਹਨਾਂ ਦੇ ਅੱਗੇ ਅਤੇ ਉੱਥੇ ਪੀਂਦੇ ਰੰਗੇ 'ਤੇ ਫੜੇ ਨੇ ਫਿਰ ਉੱਥੇ ਕਮਰੇ 'ਚ ਬੰਦ ਕਰਕੇ ਇਹ ਅੱਧਾ ਘੰਟਾ ਰੱਖਿਆ ਉਹਨੂੰ ਸਾਰੀ ਸੰਗਤ ਗਈ ਫਿਰ ਉਹ ਇਕੱਠਾ ਕਰਕੇ ਲਿਆਉਂਦੇ ਹੁਣ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਵੀ ਜੋ ਇਹ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਗੁਰਦੁਆਰੇ ਜੋ ਇਹ ਸੇਵਾ ਕਰ ਰਿਹਾ ਮੁਕਤ ਸੇਵਾ ਤੋਂ ਮੁਕਤ ਕੀਤਾ ਜਾਵੇ ਇਸ ਤਰ੍ਹਾਂ ਪਹਿਲਾਂ ਵੀ ਫੜਿਆ ਗਿਆ ਸੀ ਕੋਈ ਕਾਰਵਾਈ ਨਹੀਂ ਹੋਈ ਦੁਬਾਰਾ ਸਵਾਲ ਨਾ ਕਰਦਾ ਸੀਗਾ ਹਾਂਜੀ ਹਾਂਜੀ ਹੁਣ ਕਾਰਵਾਈ ਨਹੀਂ ਹੁੰਦੀ ਫਿਰ ਕੀ ਕਰੋਗੇ ਫਿਰ ਪ੍ਰਸ਼ਾਸਨ ਨੂੰ ਇਹ ਅਪੀਲ ਕਰ ਰਹੇ ਹਾਂ ਵੀ ਸਾਡੀ ਮਤ ਕਰਕੇ ਇਹਦਾ ਜੋ ਵੀ ਇਹਦਾ ਬੰਦ 'ਤੇ ਕਾਰਵਾਈ ਕਰਕੇ ਇਹਨੂੰ ਇੱਥੋਂ ਸੇਵਾ ਮੁਕਤ ਕੀਤਾ ਜਾਵੇ ਤਾਂ ਜੋ ਸਾਡੇ ਪਿੰਡ ਦਾ ਮਾਹੌਲ ਖਰਾਬ ਨਾ ਹੋ ਦੇਖੋ ਸਾਡੇ ਕੋਲ ਅੱਜ ਇੱਕ ਇੰਟੀਮੇਸ਼ਨ ਆਈ ਸੀ ਗੁਰਦੁਆਰਾ ਸ਼੍ਰੀ ਬੇਗਮਪੁਰਾ ਸਾਹਿਬ ਮਨੂਰ ਰੋਡ ਗਲਵੰਡੀ ਦੇ ਇੱਕ ਗ੍ਰੰਥੀ ਸਾਹਿਬ ਹੈਗੇ ਅਮਰਜੀਤ ਸਿੰਘ ਜੀ ਇਹਨਾਂ ਦੇ ਖਿਲਾਫ਼ ਐਲੀਗੇਸ਼ਨ ਲੱਗੇ ਸੀ ਵੀ ਇਹਨਾਂ ਨੇ ਡਿੰਕ ਵਗੈਰਾ ਦਿੱਤੀ ਹੈ ਜਾਂ ਮੀਟ ਵਗੈਰਾ 'ਤੇ ਇਹਨਾਂ ਨੇ ਸੇਵਾ ਕਰਿਆ ਉਸ ਸੰਬੰਧੀ ਅਸੀਂ ਪੜਤਾਲ ਕੀਤੀ ਹੈ ਸੋ ਇਹਨੂੰ ਅਸੀਂ ਡਿਟੇਨ ਵੀ ਕਰਿਆ ਨਸੀਬ ਸਿੰਘ ਨੂੰ ਇਹ ਕਰਤਾਰ ਨਗਰ ਦੇ ਵਿੱਚ ਕੋਈ ਸੋਰੀ ਅਮਰਜੀਤ ਸਿੰਘ ਨੂੰ ਇਹ ਆਪਣਾ ਦੋਸਤ ਨਸੀਬ ਸਿੰਘ ਦੇ ਕਰਤਾਰ ਨਗਰ ਵਿੱਚ ਰਹਿਣ ਵਾਲਾ ਹੈਗਾ ਉਹਦੇ ਕੋਲ ਬੈਠ ਕੇ ਕੋਈ ਡਿੰਕ ਵਗੈਰਾ ਸੇਵਾ ਕਰਨਾ ਪਾਇਆ ਗਿਆ ਸੋ ਇਹਦਾ ਅਸੀਂ ਇਨੀਸ਼ੀਅਲ ਸਟੇਜ 'ਤੇ ਮੈਡੀਕਲ ਕਰਵਾ ਰਹੇ ਹਾਂ ਸੋ ਡਾਕਟਰੀ ਮੁਲਾਜ਼ਮ ਮੁਤਾਬਕ ਜੋ ਕਾਰਨ ਹੋਈ ਸੀ ਉਸ ਮੁਤਾਬਕ ਕਰ ਰਹੇ ਹਾਂ।